ਲੈ ਵੀ ਗੱਲ ਹੈਗੀ ਓ ਮੈਂ ਅੱਜ ਜਿਹੜੇ ਬੰਦੇ ਕੋਲ ਬੈਠਾ ਨਾ ਇਹ ਤੁਹਾਡੇ ਵਰਗਾ ਮੇਰੇ ਵਰਗਾ ਇੱਕ ਆਮ ਘਰ ਦਾ ਮੁੰਡਾ ਮਿਹਨਤਕਸ਼ ਪਰਿਵਾਰ ਦੇ ਵਿੱਚੋਂ ਉੱਠਿਆ ਮਿਹਨਤ ਕੀਤੀ ਆ ਬੰਦੇ ਨੇ ਆਪਾਂ ਇਹ ਕਹਿ ਸਕਦੇ ਹਾਂ ਵੀ ਜੋ ਵੀ ਅੱਜ ਬਣਾ ਰਿਹਾ ਜਾਂ ਜੋ ਵੀ ਅੱਜ ਬਣਾਤਾ ਉਹ ਆਪਣੇ ਲਈ ਬਣਾਇਆ ਆਪਣੇ ਸਾਰਿਆਂ ਵਾਸਤੇ ਬਣਾਇਆ ਸਾਰਿਆਂ ਦੀ ਸਹੂਲਤ ਵਾਸਤੇ ਬਣਾਇਆ ਬੰਦੇ ਨੇ ਪਰ ਮਿਹਨਤ ਬਹੁਤ ਕੀਤੀ ਹੈ ਜੇ ਇਹਦੀ ਸਟਰਗਲ ਦੀ ਕਹਾਣੀ ਲਿਖਣੀ ਹੋਵੇ ਜੇ ਇਸ ਬੰਦੇ ਦੀ ਮੈਂ ਕਹਾਣੀ ਲਿਖਾਂ ਜਾਂ ਦੱਸਾਂ ਤਾਂ ਸ਼ਾਇਦ ਲੰਬੀ ਵੀ ਜ਼ਿਆਦਾ ਹੋ ਜੂਗੀ ਅਤੇ ਸ਼ਾਇਦ ਐਵੇਂ ਵੀ ਲੱਗੂਗਾ ਮਹਿਸੂਸ ਹੋਊਗਾ ਕਿ ਯਾਰ ਹਾਂ ਆਹ ਗੱਲ ਜੇ ਸੁਣੀ ਆ ਤਾਂ ਬੰਦੇ ਨੂੰ ਲੱਗੂਗਾ ਕਿ ਯਾਰ ਬੰਦਾ ਜੇ ਇਹ ਕੁਛ ਕਰ ਸਕਦਾ ਤਾਂ ਮੈਂ ਕਿਉਂ ਨਹੀਂ ਕਰ ਸਕਦਾ ਮੈਂ ਤੁਹਾਨੂੰ ਛੋਟੇ ਜਿਹੇ ਸ਼ਬਦਾਂ 'ਚ ਦੱਸ ਦਿੰਦਾ ਕਿ ਬਾਈ ਛੋਟੇ ਪਰਿਵਾਰ 'ਚ ਉੱਠਿਆ ਜਿੱਥੇ ਜੇ ਲੋਕ ਇਹ ਸੋਚਦੇ ਹੁੰਦੇ ਆ ਵੀ ਸਵੇਰੋਂ ਦਿਹਾੜੀ ਕਰੋ ਅਤੇ ਸ਼ਾਮ ਨੂੰ ਲਿਆ ਕੇ ਜਵਾਕਾਂ ਜੱਲਿਆਂ ਨੂੰ ਪਰਿਵਾਰ ਨੂੰ ਖਵਾ ਦਿਓ ਉੱਥੇ ਉੱਥੇ ਆ ਕੇ ਉਸ ਉਸ ਜਗ੍ਹਾ 'ਤੇ ਰਹਿ ਕੇ ਨਾ ਕੋਈ ਬੰਦਾ ਇਹ ਨਹੀਂ ਸੋਚਦਾ ਵੀ ਯਾਰ ਤਰੱਕੀ ਕਰ ਲਈਏ ਅਗਲੀ ਪੀੜ੍ਹੀ ਵਾਸਤੇ ਜਾਂ ਅਗਲੀ ਆਪਣੀ ਪੀੜ੍ਹੀ ਵਾਸਤੇ ਕੁਛ ਕਰ ਦੇਈਏ ਦੁਨੀਆ ਵਾਸਤੇ ਕਰਨਾ ਤਾਂ ਦੂਰ ਦੀ ਗੱਲ ਆ ਸੋਚਦਾ ਨਹੀਂ ਜਿੱਥੇ ਆ ਕੇ ਇਸ ਆਪਣੇ ਬੰਦੇ ਨੇ ਬਾਈ ਦਾ ਨਾਂ ਸੁਖਵਿੰਦਰ ਖਾਨ ਬਾਈ ਹਾਂਜੀ ਸੁਖਵਿੰਦਰ ਖਾਨ ਨੇ ਸੋਚਿਆ ਪ੍ਰੋਡਕਟ ਬਹੁਤ ਬਣਾਏ ਆ ਪਰ ਤੁਹਾਡੇ ਸਾਹਮਣੇ ਜਿਹੜਾ ਮੈਂ ਪ੍ਰੋਡਕਟ ਲੈ ਕੇ ਆਇਆ ਇਹ ਇੱਕ ਸਟਾਰਟਰ ਆ ਦੇਖਣ ਨੂੰ ਇਹ ਆਮ ਸਧਾਰਨ ਜਿਹਾ ਸਟਾਰਟਰ ਆ ਜਿਹੜਾ ਆਪਣੇ ਘਰਾਂ ਦੇ ਵਿੱਚ ਮੋਟਰਾਂ ਚਲਾਉਣ ਲਈ ਲੱਗਿਆ ਹੁੰਦਾ ਪਰ ਇਹਦੇ ਵਿੱਚ ਫਰਕ ਇਹ ਆ ਵੀ ਇਹ ਆਮ ਜਿਹੜਾ ਸਾਡੇ ਘਰਾਂ ਦੇ ਵਿੱਚ ਸਟਾਰਟਰ ਲੱਗਿਆ ਹੁੰਦਾ ਇਹ ਉਹਦੇ ਕੀ ਮੁੱਲ ਦਾ ਪਰ ਸਭ ਤੋਂ ਵੱਡੀ ਗੱਲ ਇਹ ਆ ਵੀ ਇਹਦੇ 'ਚ ਇਹ ਆਟੋਮੈਟਿਕ ਆ ਜਦੋਂ ਤੁਹਾਡੀ ਟੈਂਕੀ ਦਾ ਪਾਣੀ ਗਿਆ ਮੁੱਕ ਉਦੋਂ ਇਹਨੇ ਮੋਟਰ ਚਲਾ ਦੇਣੀ ਆ ਅਤੇ ਜਦੋਂ ਭਰ ਗਈ ਤਾਂ ਇਹਨੇ ਬੰਦ ਕਰ ਦੇਣੀ ਆ ਇਹ ਤਾਂ ਮੈਂ ਮੋਟੀ ਜਿਹੀ ਗੱਲ ਸੁਖਵਿੰਦਰ ਦੱਸਤੀ ਅਤੇ ਹੋਰ ਇਹਦੇ ਕੀ ਫਾਇਦੇ ਆ ਜਿਹੜੇ ਤੂੰ ਹੋਰ ਧਿਆਨ 'ਚ ਰੱਖੇ ਆ ਦੇਖੋ ਜੀ ਇਹਦੇ ਵਿੱਚ ਅਸੀਂ ਨਾ ਜਿਵੇਂ ਤੁਸੀਂ ਕਿਹਾ ਵੀ ਪਾਣੀ ਦੇ ਯਾਨੀ ਕਿ ਘਟਣ ਤੱਕ ਆਪਾਂ ਇਹਨੂੰ ਕਿਤੇ ਕਿਸੇ ਵੀ ਲੈਵਲ 'ਤੇ ਐਡਜਸਟ ਕਰ ਸਕਦੇ ਹਾਂ ਵੀ ਮੰਨ ਕੇ ਚਲੋ ਆਪਣੇ ਕੋਲ 1000 ਲੀਟਰ ਦੇ ਟੈਂਕ ਹੈਗਾ ਉਹਨੂੰ ਅਸੀਂ 200 ਲੀਟਰ ਪਾਣੀ ਰਹਿਣ ਤੋਂ ਬਾਅਦ ਵੀ ਚਲਾ ਸਕਦੇ ਹਾਂ 300 ਲੀਟਰ 'ਤੇ ਐਡਜਸਟ ਕਰ ਸਕਦੇ ਹਾਂ ਜਾਂ 400 ਲੀਟਰ 'ਤੇ ਐਡਜਸਟ ਕਰ ਸਕਦੇ ਹਾਂ ਉਹ 400 ਲੀਟਰ ਪਾਣੀ ਰਹਿੰਦੇ ਹੀ ਇਹਨੇ ਮੋਟਰ ਨੂੰ ਆਟੋਮੈਟਿਕਲੀ ਸਟਾਰਟ ਕਰ ਦੇਣਾ ਮਤਲਬ ਜਿੱਥੇ ਅਗਲਾ ਚਾਹੇ ਉੱਥੇ ਕਰ ਸਕਦਾ ਉੱਥੇ ਐਡਜਸਟ ਕਰ ਸਕਦਾ ਇਹ ਲੈਵਲ ਦਾ ਮਤਲਬ ਜੇ ਬੰਦਾ ਚਾਹੁੰਦਾ ਵੀ ਜਮਾ ਮਾਡਲ ਡੈਮੋ ਇਹ ਇੱਕ ਛੋਟੀ ਪਾਈਪ ਦੇ ਥਰੂ ਅਸੀਂ ਇੱਕ ਐਗਜ਼ੀਬਿਟ ਕੀਤਾ ਨਾ ਜੀ ਵੀ ਇਹਦਾ ਇੱਕ ਛੋਟਾ ਲੈਵਲ ਆ ਜੀ ਵੀ ਇਹਨੂੰ ਅਸੀਂ 4 ਫੁੱਟ 10 ਫੁੱਟ 15 ਫੁੱਟ ਤੱਕ ਲੈ ਜਾ ਸਕਦੇ ਆ ਜਿੱਡੀ ਪਾਈਪ ਹੋਈ ਜਾਊਗੀ ਉਹਨਾਂ ਵੀ ਮਤਲਬ ਜੇ ਆਪਾਂ ਕੋਈ ਬੰਦਾ ਚਾਹੁੰਦਾ 10-10 ਫੁੱਟ ਵਾਲੀ ਟੈਂਕ ਆ ਵੀ ਇੰਡਸਟਰੀਅਲ ਦੇ ਵਿੱਚ ਹੈਗੇ ਆ ਉਹਨਾਂ ਤੇ ਵੀ ਯਾਨੀ ਕਿ ਵਧੀਆ ਕਾਮਯਾਬ ਹੈ ਤੇ ਜੇ ਆ ਤਾਰ ਲੱਗੀ ਤੇ ਜੇ ਇਹ 'ਚ ਕਰੰਟ ਆ ਗਿਆ ਨਹੀਂ ਇਹਦੇ 'ਚ ਅਸੀਂ ਇਸੇ ਤਰੀਕੇ ਜਿਹੜੇ ਮੈਥਡ ਨੂੰ ਅਸੀਂ ਯੂਜ਼ ਕੀਤਾ ਇਹ ਹੁਣ ਹੋਰ ਕਈ ਕੰਪਨੀਆਂ ਦੇ ਵਾਟਰ ਕੰਡਕਟਿਵ ਸੈਂਸਰ ਹੈਗੇ ਆ ਇਹ ਯਾਨੀ ਕਿ ਜਿਹੜੀ ਟੈਕਨੋਲੋਜੀ ਹੈ ਬਿਲਕੁਲ ਸ਼ਿਓਰਲੀ ਨਾਨ ਕੰਡਕਟਿਵ ਵਿਦ ਵਾਟਰ ਟੈਕਨੋਲੋਜੀ ਆ ਟੈਂਕੀ ਚ ਕਰੰਟ ਆਜੂਗਾ ਕਰੰਟ ਵਾਲੀ ਗੱਲ ਕਰਨ ਮੈਥਡ ਸਾਡਾ ਇਹੀ ਸੀਗਾ ਵੀ ਕਿਉਂਕਿ ਜ਼ਰੂਰਤ ਹਰ ਇੱਕ ਦੀ ਹੈਗੀ ਆ ਪਾਣੀ ਨੂੰ ਸੇਵ ਕਰਨਾ ਹੋਣਾ ਸਾਡੀ ਭਵਿੱਖ ਦੀ ਜ਼ਰੂਰਤ ਆ ਕਿਉਂਕਿ ਪਾਣੀ ਜਿਹੜੇ ਹਿਸਾਬ ਨਾਲ ਖਤਮ ਹੋ ਰਿਹਾ ਆਉਣ ਵਾਲੇ ਸਮੇਂ 'ਚ ਪਾਣੀ ਦੇ ਪਿੱਛੇ ਕਈ ਜੰਗਾਂ ਲੱਗਣਗੀਆਂ ਪਰ ਜੇ ਉਹਨੂੰ ਅਸੀਂ ਹੁਣੇ ਸੇਵ ਕਰਨਾ ਸ਼ੁਰੂ ਕਰਾਂਗੇ ਘੱਟ ਮਤਲਬ ਜਿਹੜਾ ਵੇਸਟ ਡੁੱਲ ਰਿਹਾ ਉਹ ਤਾਂ ਬੇਕਾਰ ਆ ਕਿਸੇ ਦੇ ਕੰਮ ਦਾ ਨਹੀਂ ਉਹਨੂੰ ਅਗਰ ਅਸੀਂ ਕੰਟਰੋਲ ਕਰ ਲਈਏ ਵੀ ਉਹਨਾਂ ਕੀ ਭਰਿਆ ਤਾਂ ਬਸ ਠੀਕ ਆ ਬੰਦ ਹੋ ਗਿਆ ਨਾਲੇ ਤਾਂ ਆਪਣੀ ਪਾਵਰ ਇਲੈਕਟ੍ਰੀਸਿਟੀ ਸੇਵ ਹੁੰਦੀ ਆ ਕਿਉਂ ਵੱਧ ਕਈਆਂ ਦੇ 2-2-3-3 ਘੰਟੇ ਸਪਲਾਈ ਮੋਟਰ ਚੱਲੀ ਜਾਂਦੀ ਰਹਿੰਦੀ ਆ ਪਾਣੀ ਡੁੱਲੀ ਜਾਂਦਾ ਨਹੀਂ ਪਤਾ ਲੱਗਦਾ ਬਥੇਰੇ ਬਹੁਤ ਮੈਂ ਘਰ ਪਹਿਲਾਂ ਛੋਟੇ ਕੰਮ ਤੋਂ ਸਟਾਰਟ ਕੀਤਾ ਸੀ ਇਹਨੂੰ ਇੱਕ ਇੱਕ 2-2 ਪੀਸ ਬਣਾ ਕੇ ਮੈਂ ਲਾ ਕੇ ਆਉਂਦਾ ਸੀਗਾ ਉਹਨਾਂ ਦੀ ਅੱਗੇ ਰਿਕਮੈਂਡੇਸ਼ਨ ਤੇ ਹੋਰ ਸਟਾਰਟਰ ਬਣਾਉਂਦਾ ਸੀਗਾ ਉਦੋਂ ਬਾਡੀਆਂ ਵੀ ਨਹੀਂ ਸੀ ਕੁਛ ਨਹੀਂ ਕੋਈ ਮਾਰਕ ਨਹੀਂ ਸੀ ਸਾਡੇ ਕੋਲ ਹੁਣ ਅਸੀਂ ਮੈਂ ਯਾਨੀ ਕਿ ਇੰਨੇ ਕੁ ਮੁਕਾਮ ਤੱਕ ਪਹੁੰਚ ਗਏ ਹੁਣ ਅਸੀਂ ਆਪਣੀ ਕੰਪਨੀ ਹੈ ਸਾਡੀ ਟੋਟਾ ਓਪੀਸੀ ਪ੍ਰਾਈਵੇਟ ਲਿਮਿਟਡ ਕੰਪਨੀ ਹੈ ਠੀਕ ਹੈ ਬਾਕੀ ਬ੍ਰਾਂਡ ਹੈ ਸਾਡਾ ਰਜਿਸਟਰਡ ਬ੍ਰਾਂਡ ਹੈ ਅੱਜ ਸਭ ਤੋਂ ਵੱਡੀ ਗੱਲ ਇਹ ਹੈ ਵੀ ਸੁਖਵਿੰਦਰ ਦੀ ਕੰਪਨੀ ਦਾ ਮੂਰਤ ਆ ਅੱਜ ਅਸੀਂ ਕੰਪਨੀ ਦੇ ਮੂਰਤ ਤੇ ਪਹੁੰਚੇ ਹਾਂ ਸਹੀ ਮਾਇਨਿਆਂ 'ਚ ਆਹ ਟਕੋਟਾ ਕੰਪਨੀ ਦਾ ਅੱਜ ਮੂਰਤ ਹੋਇਆ ਇਹਨਾਂ ਦੀ ਬੀਬੀ ਨੇ ਇਹਦਾ ਰੀਬਨ ਕੱਟਿਆ ਠੀਕ ਹੈ ਬਾਈ ਇਸ ਗੱਲ ਦੀਆਂ ਤੈਨੂੰ ਵਧਾਈਆਂ ਵੀ ਆ ਬਹੁਤ ਬਹੁਤ ਮੁਬਾਰਕਾਂ ਵੀ ਆ ਤੇਰੀ ਕੰਪਨੀ ਅੱਜ ਇਹਦੀ ਕੰਪਨੀ ਦਾ ਅਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਇੱਕ ਮਿਹਨਤਕਸ਼ ਮਜ਼ਦੂਰ ਪਰਿਵਾਰ 'ਚੋਂ ਉੱਠ ਕੇ ਕਿਸੇ ਦੇ ਪਰਿਵਾਰ ਨੇ ਪਰਿਵਾਰ 'ਚੋਂ ਉੱਠ ਕੇ ਬੰਦੇ ਨੇ ਯਾਰ ਕੰਪਨੀ ਖੋਲ੍ਹ ਲੈਣੀ ਆਪਣੀ ਫੈਕਟਰੀ ਲਾਂਚ ਕਰ ਦੇਣੀ ਵੱਡੀ ਗੱਲ ਆ ਇਹ ਆਪਣੇ ਆਪ 'ਚ ਇੱਕ ਵੱਡੀ ਗੱਲ ਆ ਹੁਣ ਜੇ ਮੰਨ ਕੇ ਚਲੋ ਪੰਜਾਬ ਦੇ ਲੋਕ ਦੇਖਦੇ ਆ
ਪੰਜਾਬ ਦੇ ਕਿਸੇ ਵੀ ਕੋਨੇ ਤੇ ਬੰਦੇ ਨੂੰ ਸਟਾਰਟਰ ਚਾਹੀਦੇ 100-200 ਸਟਾਰਟਰ ਚਾਹੀਦੇ ਉਹ ਕੀ ਕਰੇ ਤੇਰੇ ਨਾਲ ਸੰਪਰਕ ਕਿਵੇਂ ਕਰੇ ਉਹ ਸਿਰਫ ਹੀ ਆਪਣਾ ਸਾਡੀ ਵੈਬਸਾਈਟ ਵੀ ਹੈ ਜੀ ਠੀਕ ਕੰਪਨੀ ਦੀ ਤੁਸੀਂ ਟੈਕਟੋਟਾ ਸਿਰਫ ਟਾਈਪ ਕਰੋਗੇ TACTOTA ਜੀ ਉਦੋਂ ਸਾਡੀ ਵੈਬਸਾਈਟ ਹਰ ਇੱਕ ਲਿੰਕ ਖੁੱਲੂਗਾ ਸਾਡੀ ਕੰਪਨੀ ਦਾ ਜੀ ਉਸੇ ਥਰੂ ਵੀ ਕੰਟੈਕਟ ਕਰ ਸਕਦਾ ਬਾਕੀ ਸਾਡੇ ਫੋਨ ਨੰਬਰ ਤੁਹਾਨੂੰ ਅਸੀਂ ਪ੍ਰੋਵਾਈਡ ਕਰਵਾ ਦੇਵਾਂਗੇ ਠੀਕ ਹੈ ਉਹ ਫੋਨ ਨੰਬਰ ਦੇ ਥਰੂ ਕੰਟੈਕਟ ਕਰਵਾ ਕੇ ਸਾਨੂੰ ਯਾਨੀ ਕਿ ਆਰਡਰ ਦੇ ਸਕਦੇ ਨਹੀਂ ਹੁਣ ਹੁਣ ਜਿਵੇਂ ਤੇਰੇ ਕੋਲੇ ਮੰਨ ਲਓ ਤੇਰੇ ਕੋਲੇ ਇਹ ਬੰਦਾ ਤੇਰੀ ਫੈਕਟਰੀ ਹੈ ਤੁਸੀਂ ਤਾਂ ਵੱਡੇ ਪੱਧਰ ਤੇ ਬਣਾਉਣੇ ਆ ਜੇ ਕਿਸੇ ਸਿੰਗਲ ਗਾਹਕ ਨੂੰ ਚਾਹੀਦਾ ਹੁਣ ਆਪਣੇ ਕੋਲੇ ਤਾਂ ਵੀਡੀਓ ਸਿੰਗਲ ਗਾਹਕਾਂ ਨੇ ਦੇਖਣੀ ਹੈ ਹਾਂ ਫੋਨ ਕੰਟੈਕਟ ਕਰੂਗਾ ਜੀ ਠੀਕ ਹੈ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾਵਾਂਗੇ ਆਨਲਾਈਨ ਪ੍ਰੋਵਾਈਡ ਕਰਵਾਵਾਂਗੇ ਕਿਸੇ ਵੀ ਤਰੀਕੇ ਨਾਲ ਉਹਨੂੰ ਸਟਾਰਟ ਯਾਨੀ ਕਿ ਉਹਦੇ ਕਿਸੇ ਵੀ ਕਸਟਮਰ ਨੂੰ ਇੱਕ ਪੀਸ ਜਾਂ ਦੋ ਪੀਸ ਚਾਹੀਦੇ ਹੋਣਗੇ ਉਹ ਸਾਡੀ ਵੈਬਸਾਈਟ ਤੋਂ ਵੀ ਐਮਾਜ਼ੋਨ ਤੋਂ ਵੀ ਕੋਈ ਅਗਰ ਕੋਈ ਡਿਲੀਵਰੀ ਸਾਡੇ ਤੋਂ ਹੀ ਲੈਣਾ ਚਾਹੁੰਦਾ ਉਹ ਸਾਨੂੰ ਡਾਇਰੈਕਟ ਕੰਟੈਕਟ ਕਰਕੇ ਉਹ ਵੀ ਯਾਨੀ ਕਿ ਉਹ ਤਾਂ ਥੋੜ੍ਹਾ ਬਹੁਤ ਖਰਚਾ ਹੁੰਦਾ ਜਿਹੜਾ ਉਹ ਕਸਟਮਰ ਨੂੰ ਪੈਂਦਾ ਹੀ ਹੁੰਦਾ ਪਰ ਯਾਨੀ ਕਿ ਸਾਨੂੰ ਯਾਨੀ ਕਿ ਉਹ ਸਾਡੇ ਥਰੂ ਵੀ ਡਾਇਰੈਕਟ ਯਾਨੀ ਕਿ ਆਪਣੀ ਜਿਹੜੇ ਪ੍ਰੋਡਕਟ ਆ ਪਰਚੇਜ਼ ਕਰ ਸਕਦਾ ਅਤੇ ਇੱਕ ਮੈਨੂੰ ਹੁਣ ਹੋਰ ਗੱਲ ਦੱਸ ਚਲੋ ਆਹ ਤਾਂ ਚੰਗਾ ਹੋ ਗਿਆ ਮੈਨੂੰ ਲੱਗ ਗਿਆ ਪਤਾ ਵੀ ਭਾਈ ਇਹ ਪਾਣੀ ਵੀ ਡੋਲਣੋਂ ਬਚਾਊਗਾ ਲਾਈਟ ਵੀ ਬਚਾਊਗਾ ਬੰਦੇ ਦੀ ਫਾਲਤੂ ਮੱਚਣੋਂ ਵੀ ਜਦੋਂ ਸਾਰੀ ਰਾਤ ਦਲ ਦਲ ਪਾਣੀ ਡਿੱਲੀ ਗਿਆ ਤਾਂ ਲਾਈਟ ਫਾਲਤੂ ਮੱਚਣੀ ਮੱਚਣੀ ਹਨਾ ਲਾਈਟ ਵੀ ਮੱਚੂਗੀ ਬਚੂਗੀ ਪਾਣੀ ਵੀ ਬਚੂਗਾ ਕਰੰਟ ਵੀ ਨਹੀਂ ਲੱਗਦਾ ਟਾਈਮ ਵੀ ਬਚਜੂ ਤੇ ਜਿਹੜੀਆਂ ਚੀਜ਼ਾਂ ਪਾਣੀ ਤੋਂ ਬਿਨਾਂ ਸੜ ਸੁੜ ਜਾਂਦੀਆਂ ਕੋਈ ਗੀਜਰ ਗੂਜਰ ਸੜ ਜਾਂਦੇ ਕੋਈ ਹੋਰ ਸੜ ਜਾਂਦਾ ਗੇਰੀ ਪਾਣੀ ਤੋਂ ਬਿਨਾਂ ਹੈਗਾ ਜਿਵੇਂ ਕਿਸੇ ਘਰ ਦੀ ਟੈਂਕੀ ਹਵਾ ਲੈ ਜਾਂਦੀ ਆ ਠੀਕ ਘਰਾਂ ਦੀ ਸਪਲਾਈ ਇਸ ਤਰ੍ਹਾਂ ਹੁੰਦੀ ਆ ਟੈਂਕੀਆਂ ਹਵਾ ਲੈ ਜਾਂਦੀਆਂ ਜਾਂ ਪਾਣੀ ਮੁੱਕਿਆਂ ਦਾ ਛੇਤੀ ਕਿਤੇ ਪਾਣੀ ਆਉਂਦਾ ਨਹੀਂ ਗਾ ਸਪਲਾਈ ਦੇ ਵਿੱਚ ਨਹੀਂ ਆਉਂਦਾ ਉਦੋਂ ਫਿਰ ਫਿਲਟਰ ਗੀਜਰ ਹੋ ਗਿਆ ਇਸ ਤਰ੍ਹਾਂ ਦੀਆਂ ਪ੍ਰੋਡਕਟ ਕਈ ਇਸ ਤਰ੍ਹਾਂ ਦੇ ਆਉਂਦੇ ਜਿਹੜੇ ਯਾਨੀ ਕਿ ਖਰਾਬ ਹੋ ਜਾਂਦੇ ਆ ਹੁਣ ਉਹ ਦਿੱਕਤ ਜਿਹੜੀ ਆ ਪਾਣੀ ਕਰਕੇ ਨਹੀਂ ਆਊਗੀ ਕਿਉਂਕਿ ਹੁਣ ਜਦੋਂ ਟੈਂਕੀ ਭਰੀ ਮਿਲੀ ਲਾਈਟ ਆ ਗਈ ਜਦੋਂ ਖਾਲੀ ਹੁੰਦੀ ਹੈ ਟੈਂਕੀ ਕਿਉਂਕਿ ਆਪਣਾ ਮੇਨ ਇਹ ਗੱਲ ਹੈਗਾ ਹੁਣ ਦਿਮਾਗ ਦੇ ਵਿੱਚ ਕਈ ਗੱਲਾਂ ਹੁੰਦੀਆਂ ਆਪਣੇ ਹੋਰ ਰੁਝੇਵੇਂ ਕਾਫੀ ਆਪਣੇ ਪਿੰਡਾਂ ਵਾਲਿਆਂ ਦੇ ਕਈ ਵਾਰੀ ਟੈਂਕੀ ਛੱਡਣਾ ਅਸੀਂ ਭੁੱਲ ਜਾਂਦੇ ਹਾਂ ਰਾਤ ਨੂੰ ਇੱਕ ਦਿਨ ਰਾਤ ਨੂੰ ਮੈਂ ਤੈਨੂੰ ਆਪਦੀ ਗੱਲ ਦੱਸਦਾ ਮੈਂ ਰਾਤ ਨੂੰ ਉੱਠਿਆ ਉੱਠ ਕੇ ਤੇ ਮੈਂ ਟੂਟੀ ਛੱਡੀ ਤੇ ਪਾਣੀ ਹੈ ਨਹੀਂ ਸੀ ਮੈਂ ਬਟਨ ਨਾ ਪਤਾ ਠੀਕ ਆ ਕਿ ਨਹੀਂ ਹੱਥ ਮੂੰਹ ਧੋਤਾ ਪਾਣੀ ਪੀਤਾ ਪਾਣੀ ਪੀ ਕੇ ਜਾ ਕੇ ਪੈ ਗਿਆ ਉਹ ਸਾਰੀ ਰਾਤ ਉਹਨੇ ਕੱਦੂ ਕਰਤਾ ਵਿਹੜੇ ਚ ਸਵੇਰੋਂ ਜਦੋਂ ਘਰ ਦੇ ਉੱਠੇ ਉਦੋਂ ਪਤਾ ਲੱਗਿਆ ਤੁਹਾਨੂੰ ਪਹਿਲੀ ਗੱਲ ਤਾਂ ਪਾਣੀ ਨਹੀਂ ਮੁੱਕਣਾ ਮਿਲਣਾ ਮੁੱਕਣਾ ਹੀ ਨੀਗਾ ਕਿਉਂਕਿ ਪਾਣੀ ਜਦੋਂ ਖਰਾਬ ਖਤਮ ਹੋਇਆ ਜ਼ਿੰਮੇਵਾਰੀਆਂ ਸਭ ਤੋਂ ਵਧੀਆ ਮੈਨੂੰ ਇਹ ਸਹੂਲਤ ਇਹਦੀ ਗੱਲ ਲੱਗੀ ਕਿਉਂਕਿ ਆਪਣੇ ਹੁਣ 24 ਘੰਟੇ ਤਾਂ ਲਾਈਟ ਵੀ ਨਹੀਂ ਹੁੰਦੀ ਸਹੀ ਗੱਲ ਹੈ ਨਾ ਝੋਨੇ ਝਾਨੇ ਮੁੱਕੇ ਬਾਕੀ ਦਿਮਾਗ ਕਈ ਪਾਸੇ ਆਈ ਅੱਜ ਕੱਲ ਹੁਣ ਚੇਤਾ ਵੀ ਭੁੱਲ ਜਾਂਦਾ ਹੁਣ ਬੁੜੀਆਂ ਦੇ ਬੰਦਿਆਂ ਸਾਰਿਆਂ ਦੇ ਰੁਝੇਵੇਂ ਇੰਨੇ ਕੁ ਵੱਧ ਚੁੱਕਿਆ ਵੀ ਇੰਨਾ ਕੁ ਵੀ ਨੀ ਪਤਾ ਲੱਗਦਾ ਵੀ ਜਦੋਂ ਆਪਾਂ ਚੀਜ਼ ਨੂੰ ਵਰਤਣਾ ਸਿਰਫ ਉਦੋਂ ਹੀ ਚੇਤਾ ਹੁੰਦਾ ਉਹਨਾਂ ਚਿਰ ਨਹੀਂ ਆਹ ਚੱਲਦਾ ਦਿਖਾਈ ਕਿਵੇਂ ਚੱਲਦਾ ਹੈ ਮਾੜਾ ਜਿਹਾ ਇਸ ਤਰ੍ਹਾਂ ਹੀ ਸਰ ਇਹਦੇ ਵਿੱਚ ਇਹ ਡਾਊਨ ਲੈਵਲ ਆਪਰੇਟਿੰਗ ਸਿਸਟਮ ਹੈ ਜਦੋਂ ਇਹ ਡਾਊਨ ਲੈਵਲ ਤੇ ਜਾਂਦਾ ਤੁਹਾਡਾ ਸਟਾਰਟਰ ਆਨ ਹੋ ਜਾਏਗਾ ਜਦੋਂ ਇਹ ਅਪ ਲੈਵਲ ਜਾਏਗਾ ਸਟਾਰਟਰ ਆਟੋਮੈਟਿਕਲੀ ਆਫ ਹੋ ਜਾਊਗਾ ਹੁਣ ਇਹ ਥੱਲੇ ਨੂੰ ਕਰੀ ਇੱਥੇ ਚੱਲ ਪਿਆ ਇਹ ਕੜਾਕਾ ਜਿਹਾ ਹੁੰਦਾ ਹਨਾ ਇੱਥੇ ਚੱਲ ਪਿਆ ਤੇ ਇਹ ਜਦੋਂ ਤਾਂ ਕਰਤਾ ਉੱਥੇ ਹੋ ਗਿਆ ਬੰਦ ਤੇ ਆਹ ਜਿੱਡੀ ਪੈਪ ਲਾ ਦੂਗਾ ਉਨੇ ਲੀਟਰ ਦੀ ਸਮਰੱਥਾ ਆਪਾਂ ਜ਼ਿਆਦਾ ਹਜੇ ਲਾ ਨਹੀਂ ਸਕਦੇ ਸੀਗੇ ਕਿਉਂਕਿ ਅੰਦਰੋਂ ਕੀ ਖਿਆਲ ਕੀ ਆ ਉਹਦੇ ਦਿਮਾਗ ਦੇ ਵਿੱਚ ਕੀ ਕੀ ਸੁਪਨੇ ਸੀਗੇ ਅੱਜ ਪੂਰਾ ਹੁੰਦਾ ਦਿਸਦਾ ਕਿਵੇਂ ਆ ਕੀ ਮਹਿਸੂਸ ਕਰਦਾ ਅੱਜ ਅੱਜ ਸਰ ਇਹ ਬਸ ਇੰਨਾ ਕੁ ਮੇਰੇ ਦਿਮਾਗ ਦੇ ਵਿੱਚ ਹੈਗਾ ਕਿਉਂਕਿ ਮੈਂ ਅੱਜ ਤੋਂ 7 ਸਾਲ ਪਹਿਲਾਂ ਲਾ ਕੇ ਵੇਖਦੇ ਆ
ਸਹੀ ਮੈਨੂੰ ਯਾਨੀ ਕਿ ਜਿਵੇਂ ਸਟਰਗਲ ਕਰਦੇ ਆ ਯਾਨੀ ਕਿ 7-8 ਸਾਲ ਹੋ ਗਏ ਹੋਣ ਜਦੋਂ ਆਪਾਂ ਮਿਲ ਕੇ ਆਏ ਉਸ ਤੋਂ ਬਾਅਦ ਮੈਨੂੰ ਥੋੜਾ ਜਿਹਾ ਦਿਲ ਦੇ ਵਿੱਚ ਹੋਇਆ ਵੀ ਹਾਂ ਯਾਰ ਵੀ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਇਹ ਪ੍ਰੋਡਕਟ ਨਵੇਂ ਨਵੇਂ ਸਾਰਿਆਂ ਨੂੰ ਬਣਾਉਣੇ ਚਾਹੀਦੇ ਮੈਨੂੰ ਹੀ ਨਹੀਂ ਇਕੱਲੇ ਨੂੰ ਜਿਹਦੇ ਦਿਲ 'ਚ ਜਿਹਦਾ ਕੋਈ ਦਿਮਾਗ ਸਾਰਿਆਂ ਦਾ ਰੱਬ ਨੇ ਇੱਕੋ ਜਿਹਾ ਦਿੱਤਾ ਬਸ ਆਪਾਂ ਉਹਨੂੰ ਯੂਜ਼ ਨਹੀਂ ਕਰ ਰਹੇ ਘਰਦਿਆਂ ਨੇ ਨੀ ਕਿਤੇ ਐਂ ਕਿਹਾ ਵੀ ਕੀ ਪੰਗੇ ਲਈ ਜਾਂਦਾ ਵੀ ਤੂੰ ਮਾੜਾ ਮੋਟਾ ਹਨਾ ਐਂ ਕਹਿੰਦੇ ਹੀ ਹੁੰਦੇ ਘਰਦੇ ਕਿਤੇ ਐਂ ਹੋਇਆ ਤੇਰੇ ਨਾਲ ਵੀ ਐਂ ਘਰਦਿਆਂ ਨੇ ਆਖਿਆ ਹੋਵੇ ਯਾਰ ਵੀ ਛੱਡ ਡੈਡੀ ਬਹੁਤ ਸਪੋਰਟ ਸੀਗੀ ਬਾਪੂ ਕਹਿੰਦਾ ਚੱਕੀ ਤੁਰਿਆ ਹਾਂਜੀ ਹਾਂ ਤੇ ਅੱਜ ਮੌਕਾ ਹਨਾ ਅੱਜ ਬਾਪੂ ਹੈ ਨੀਗਾ ਅੱਜ ਕਮੀ ਬਹੁਤ ਮਹਿਸੂਸ ਹੋ ਰਹੀ ਇਹ ਮਾੜਾ ਹੋ ਗਿਆ ਕੰਮ ਚਲੋ ਉਹ ਜੋ ਦਾਤੇ ਨੂੰ ਮਨਜ਼ੂਰ ਆ ਹਨਾ ਸਾਡਾ ਵੀ ਬਾਪੂ ਹੈ ਨੀ ਅਸੀਂ ਵੀ ਜਦੋਂ ਕੋਈ ਪ੍ਰਾਪਤੀ ਕਰਦੇ ਹਾਂ ਤਾਂ ਸਾਨੂੰ ਵੀ ਇਸ ਗੱਲ ਦੀ ਤਕਲੀਫ ਹੁੰਦੀ ਹੈ ਇਹ ਵਾਕਈ ਇਹ ਰਹਿੰਦੀ ਵੀ ਆ ਤੇ ਚਲੋ ਇਹ ਆਪਣੇ ਨਾਲ ਹੀ ਆ ਜਦੋਂ ਉਹਨਾਂ ਦੀਆਂ ਸਭ ਇਛਾਵਾਂ ਆਪਣੇ ਨਾਲ ਆ ਹਨਾ ਕਰਨਾ ਤਾਂ ਉਹਨਾਂ ਵਾਸਤੇ ਹੀ ਹੈ ਹਾਂ ਅੱਜ ਜੇ ਨਾਮ ਬਣ ਰਿਹਾ ਤਾਂ ਮੈਂ ਆਪਣੇ ਬਾਪੂ ਦਾ ਬਣਾ ਬਹੁਤ ਵੱਡੀ ਗੱਲ ਆ ਤੇ ਬਾਈ ਤੈਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਨਾਲ ਦੀ ਨਾਲ ਫਿਰ ਮੈਂ ਦੋਸਤਾਂ ਨੂੰ ਬੇਨਤੀ ਕਰਦਾ ਜੇ ਕਿਸੇ ਵੀ ਸੱਜਣ ਨੂੰ ਆ ਆਟੋਮੈਟਿਕ ਹੋਇਆ ਚਾਹੀਦਾ ਇਹ ਹੁਣ ਤੁਹਾਡੇ ਕੋਲੇ 1 HP ਤੇ 2 HP ਵਾਲੇ ਤਿਆਰ ਹਾਂਜੀ ਹਨਾ ਜਿਹੜੇ ਸਿੰਗਲ ਫੇਸ ਵਾਲੇ ਆ 1 HP ਤੇ 2 HP ਵਾਲੇ ਜਿਹੜੇ ਘਰਾਂ ਦੇ ਵਿੱਚ ਆਪਣੇ ਮੋਟਰਾਂ ਹੁੰਦੀਆਂ ਟੈਂਕੀ ਵਾਲੀਆਂ ਸਿੰਗਲ ਫੇਸ ਵਾਲੇ ਤਿਆਰ ਆ ਜਿੰਨੇ ਮਰਜ਼ੀ ਚਾਹੀਦੇ ਹੋਏ ਜੇ ਤਾਂ ਤੁਸੀਂ ਦੁਕਾਨਦਾਰ ਆ ਤਾਂ ਵੀ ਸੰਪਰਕ ਕਰ ਸਕਦੇ ਆ ਵੀ ਦੁਕਾਨਦਾਰੀ ਲਈ ਸਾਨੂੰ 150 ਚਾਹੀਦਾ ਤੇ ਜੇ ਤੂੰ ਡੇਢ ਦੀਆਂ ਮੋਟਰਾਂ ਵੀ ਆਉਣ ਲੱਗ ਗਈਆਂ ਯਾਨੀ ਕਿ ਸਟਾਰਟਰ ਆਪਣੇ ਕੋਲੇ ਉਹ ਵੀ ਪ੍ਰੋਵਾਈਡ ਹੋਣਗੇ ਜਿੰਨੇ ਜਿਹੜੀ ਪਾਵਰ ਦੀ ਹੈਗੀ ਆ ਉਹਦਾ ਤੁਸੀਂ ਸਿੰਗਲ ਫੇਸ ਦੇ ਵਿੱਚ 1 ਤੋਂ 2 HP ਤੱਕ ਠੀਕ ਹੈ ਜੀ ਇੱਕ ਵੈਸੇ ਪਹਿਲਾਂ ਚੱਲਦੀਆਂ ਹੁੰਦੀਆਂ ਸੀ ਪੌਣੀ ਦੀਆਂ ਮੋਟਰਾਂ ਚੱਲਦੀਆਂ 0.75 ਉਹਨਾਂ ਦੇ ਵੀ ਸਟਾਰਟਰ ਯਾਨੀ ਕਿ ਇੱਕ ਸਰਕਟ ਆ ਸਾਡੇ ਕੋਲ ਅਸੀਂ ਯਾਨੀ ਕਿ 0.75 ਤੋਂ ਲੈ ਕੇ ਯਾਨੀ ਕਿ ਅਸੀਂ ਪੌਣੀ ਦੀ ਮੋਟਰ ਤੋਂ ਲੈ ਕੇ 1.5-2 ਤੱਕ ਯਾਨੀ ਕਿ ਸਾਡੇ ਕੋਲ ਯਾਨੀ ਕਿ ਸਟਾਰਟਰ ਪ੍ਰੋਵਾਈਡ ਹੋਣਗੇ ਠੀਕ ਹੈ ਹਰੇਕ ਪ੍ਰੋਡਕਟ ਯਾਨੀ ਕਸਟਮਰ ਨੂੰ ਅਸੀਂ ਦੇਵਾਂਗੇ ਤੇ ਜੇ ਕਿਸੇ ਵੀ ਸੱਜਣ ਨੂੰ ਲੋੜ ਹੋਈ ਤੇ ਬੇਫਿਕਰ ਹੋ ਕੇ ਕਾਲ ਕਰ ਲੈਣੀ ਹੈ ਜੇ ਤਾਂ ਇਕੱਠੇ ਚਾਹੀਦੇ ਆ ਤਾਂ ਉਹ ਇਕੱਠਿਆਂ ਵਾਲਾ ਹਿਸਾਬ ਕਿਤਾਬ ਆ ਜਿਹੜਾ ਉਹ ਵੰਡਣ ਨੂੰ ਟਾਈਮ ਲੱਗ ਜਾਂਦਾ ਹੁੰਦਾ ਕਈ ਨਹੀਂ ਉਹ ਜਿਹੇ ਹਿਸਾਬ ਨਾਲ ਤੁਸੀਂ ਡੀਲ ਕਰ ਸਕਦੇ ਆ ਤੇ ਜੇ ਤੁਹਾਨੂੰ ਸਿੰਗਲ ਚਾਹੀਦਾ ਤੇ ਉਹ ਵੀ ਸੰਪਰਕ ਕਰ ਸਕਦੇ ਆ ਬਾਈ ਹੁਣੀ ਤੁਹਾਡੇ ਕੋਲ ਪਹੁੰਚਦਾ ਕਰਨਗੇ ਕਿਸੇ ਵੀ ਹਿਸਾਬ ਨਾਲ ਕਰਨ ਜੇ ਤੁਹਾਨੂੰ ਆਨਲਾਈਨ ਦੇਣ ਤੇ ਚਾਹੇ ਨੇੜੇ ਤੇੜੇ ਦੇ ਹੋਏ ਜੇਤੋ ਦੇ ਤਾਂ ਤੁਸੀਂ ਇੱਥੇ ਫੜ ਕੇ ਵੀ ਲਿਜਾ ਸਕਦੇ ਹਾਂ ਨਾ ਬਾਈ ਫੜ ਕੇ ਲਿਜਾ ਸਕਦੇ ਫੈਕਟਰੀ 'ਚੋਂ ਆ ਕੇ ਤੁਹਾਨੂੰ ਐਡਰੈਸ ਦੇ ਦਿੰਦੇ ਹਾਂ ਨੰਬਰ ਦੇ ਦਿੰਦੇ ਹਾਂ ਤੇ ਨਾਲ ਦੀ ਨਾਲ ਮੁੰਡੇ ਨੂੰ ਵਧਾਈਆਂ ਦੇਣੀਆਂ ਬਾਈ ਅੱਜ ਮੁੰਡੇ ਦੀ ਫੈਕਟਰੀ ਹੈ ਜਿਹੜੀ ਉਹ ਅੱਜ ਮਹੂਰਤ ਆ ਤੇ ਨਾਲ ਦੀ ਨਾਲ ਆਪਣਾ ਕਿਰਤੀ ਬੰਦਾ ਤੇ ਮੈਂ ਤੁਹਾਨੂੰ ਇੰਨਾ ਰੇਟ ਬਾਰੇ ਕਹਿ ਸਕਦਾ ਬਈ ਇਹ ਤੁਹਾਨੂੰ ਬਾਹਲਾ ਮਹਿੰਗਾ ਨਹੀਂ ਪੈਂਦਾ ਜਿਹੜਾ ਘਰੇ ਮੈਨੂਅਲ ਸਟਾਰਟਰ ਲੱਗਿਆ ਬਈ ਉਹਦੇ ਲਾਗੇ ਤਾਗੇ ਜੇ ਤੁਹਾਨੂੰ ਆਟੋਮੈਟਿਕ ਮਿਲ ਜਾਣਾ ਮੈਂ ਤੁਹਾਨੂੰ ਇੰਨਾ ਕੁ ਦੱਸ ਦਿੰਦਾ ਬਾਕੀ ਦਾ ਰੇਟ ਦਾ ਜਿਹੜਾ ਹੈਗਾ ਖੁੱਲ੍ਹ ਕੇ ਤਾਂ ਨਹੀਂ ਦੱਸ ਰਹੇ ਕਿਉਂਕਿ ਹਜੇ ਟੈਕਸ ਟੱਪੜਾ ਲੱਗ ਕੇ ਇਹਦਾ ਰੇਟ ਕੀ ਤੈਅ ਹੋਊਗਾ ਉਹ ਹਜੇ ਇਹਨਾਂ ਨੇ ਫਾਈਨਲੀ ਰੇਟ ਆ ਜਿਹੜਾ ਉਹ ਤੈਅ ਕਰਨਾ ਇਸ ਕਰਕੇ ਤੁਹਾਨੂੰ ਰੇਟ ਨਹੀਂ ਦੱਸ ਰਹੇ ਪਰ ਬਾਹਲਾ ਮਹਿੰਗਾ ਨਹੀਂ ਬਾਹਲਾ ਗਾਂਹ ਨਹੀਂ ਲੰਘਦਾ ਜਿਹੜਾ ਘਰੇ ਤੁਹਾਡੇ ਸਟਾਰਟਰ ਆਮ ਮੈਨੂਅਲ ਸਟਾਰਟਰ ਲੱਗਿਆ ਉਹਦੇ ਲਾਗੇ ਤਾਗੇ ਜੇ ਰਹੂਗਾ ਫਿਰ ਵੀ ਬਾਹਲਾ ਮਹਿੰਗਾ ਨਹੀਂ ਪੈਂਦਾ ਬੇਫਿਕਰ ਹੋ ਕੇ ਫੋਨ ਕਰ ਲਿਓ ਪ੍ਰੋਡਕਟ ਬਾਈ ਕੋਲ ਹੋਰ ਵੀ ਹੈਗੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਲਾਂਚ ਕਰਾਂਗੇ ਪਹਿਲਾਂ ਮਾਲਕ ਕਿਰਪਾ ਕਰੇ ਤਰੱਕੀ ਦਿਓ ਨਾਲ ਦੀ ਨਾਲ ਜੇ ਤੁਸੀਂ ਸਪੋਰਟ ਕਰੋਗੇ ਤਾਂ ਬੰਦਾ ਤਰੱਕੀ ਕਰੂਗਾ ਹੋਰ ਵੀ ਚੀਜ਼ਾਂ ਲੈ ਕੇ ਆਊਗਾ ਜਿਉਂਦੇ ਵਾਸਤੇ ਰਹੋ ਬਹੁਤ ਬਹੁਤ ਧੰਨਵਾਦ ਇੱਕ ਗੱਲ ਮੈਂ ਪਿਆਰੇ ਸੱਜਣਾਂ ਨੂੰ ਇਹ ਕਹਿ ਦਿੰਦਾ ਕਿ ਇਹ ਇਕੱਲਾ ਆਟੋਮੈਟਿਕ ਹੀ ਨਹੀਂ ਜੇ ਇਹਨੂੰ ਆਟੋ 'ਤੇ ਕਰਕੇ ਛੱਡੋਗੇ ਤਾਂ ਇਹ ਆਪਣੇ ਆਪ ਕੰਮ ਕਰੂਗਾ ਜੇ ਬਾਈ ਚਾਂਸ ਆਪਾਂ ਟੈਂਕੀ ਖਾਲੀ ਕਰਨੀ ਹੁੰਦੀ ਆ ਤਾਂ ਫਿਰ ਇਹਨੂੰ ਮੈਨੂਅਲ ਕਰ ਦਿਓ ਤਾਂ ਫਿਰ ਇਹ ਹਰੇ ਬਟਨ ਤੋਂ ਅਤੇ ਲਾਲ ਬਟਨ ਤੋਂ ਉਸੇ ਤਰ੍ਹਾਂ ਚੱਲਣ ਲੱਗ ਜੂਗਾ ਜੇ ਤੁਸੀਂ ਆਟੋ ਤੋਂ ਕੰਮ ਲੈਣਾ ਤਾਂ ਆਟੋ 'ਤੇ ਕਰਕੇ ਛੱਡ ਦਿਓ ਆਪੇ ਭਰੀ ਜਾਊਗਾ ਅਤੇ ਜੇ ਤੁਸੀਂ ਟੈਂਕੀ ਖਾਲੀ ਕਰਕੇ ਦੁਬਾਰਾ ਭਰਨੀ ਹੈ ਤਾਂ ਇਹਨੂੰ ਮੈਨੂਅਲ 'ਤੇ ਕਰ ਦਿਓ ਫਿਰ ਇਹ ਮੈਨੂਅਲ ਕੰਮ ਕਰੂਗਾ ਨੰਬਰ ਨੋਟ ਕਰ ਲਓ ਸੰਪਰਕ